ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਦੇ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਤਾਂ ਦੋਸਤੋ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ ਬੀਤੇ ਦਿਨ ਹੋਈ ਭਾਰੀ ਬਾਰਿਸ਼ ਦੇ ਕਾਰਨ ਕਈ ਸ਼ਹਿਰ ਜਲ ਥਲ ਹੋ ਗਏ ਤੇ ਉੱਥੇ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ ਅਗਲੇ ਦੋ ਦਿਨਾਂ ਤੱਕ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਅਸੇ ਦੇ ਨਾਲ ਹੀ ਹਿਮਾਚਲ ਦੇ ਵਿੱਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਪਾਰਿਆ ਤੇ ਮੌਸਮ ਵਿਭਾਗ ਦੇ ਵੱਲੋਂ ਹਿਮਾਚਲ ਦੇ ਵਿੱਚ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ हिमाचल ਦੇ ਵਿੱਚ ਭਾਰੀ بارش ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਪਹਾੜਾਂ ਦੇ ਵਿੱਚ ਭਾਰੀ ਮੀਂਹ ਤੋਂ ਮਗਰੋਂ ਪੰਜਾਬ ਦੇ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਇਸ ਦੌਰਾਨ ਪਠਾਨਕੋਟ ਦੇ 7 ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਬਣ ਚੁੱਕੇ ਹਨ ਪਠਾਨਕੋਟਾ ਜ਼ਿਲ੍ਹੇ ਦੇ 7 ਪਿੰਡ ਤੂਰਾ ਚੇਬੇ ਮੰਮੀਆਂ ਲਸਿਆਣਾ ਆਦ ਵਿੱਚਾ ਪਾਣੀ ਭਰ ਗਿਆ ਤੇ ਉਕਤ ਪਿੰਡਾਂ ਦਾ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਨਾਲੋਂ ਸੰਪਰਕ ਟੁੱਟ ਗਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰ ਲਿਸਟਾਂ ਨੂੰ ਅਪਡੇਟ ਕਰਨ ਦੇ ਸਬੰਧੇ 20 ਅਗਸਤ ਨੂੰ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ ਚੋਣ ਅਫਸਰ ਜੀ ਆਂ ਦੋਸਤੋ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤੀ ਯਾਦਵ ਨੇ ਜਾਣਕਾਰ ਦੰਦਾ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 2024 ਦੇ ਲਈ 1 ਜਨਵਰੀ 2023 ਦੇ ਆਧਾਰ ਤੇ ਤਿਆਰ ਕੀਤੀਆਂ ਗਈਆਂ ਵੋਟਰ ਲਿਸਟ ਨੂੰ ਅਪਡੇਟ ਕਰਨ ਦੇ ਸਬੰਧੇ ਸਮੂਹ ਚੋਣ ਕਾਰ ਆ ਰਿਜਿਸਟ੍ਰੇਸ਼ਨ ਅਫਸਰਾਂ ਦੇ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ 20 ਅਗਸਤ ਦਿਨ ਮੰਗਲਵਾਰ 1 ਅਗਸਤ ਦਿਨ ਬੁੱਧਵਾਰ ਅਤੇ 22 ਅਗਸਤ ਦਿਨ ਵੀਰਵਾਰ ਨੂੰ ਪਿੰਡਾਂ ਦੇ ਵਿੱਚ ਜਾ ਕੇ ਨਵੇਂ ਵੋਟ ਬਣਾਉਣ ਕਟਾਉਣ ਜਾਂ ਤਬਦੀਲਾ ਕਰਨ ਦੇ ਸਬੰਧੇ ਦਰਖਾਸਤਾਂ ਪ੍ਰਾਪਤ ਕਰਨਗੇ ਜ਼िला ਚੋਣ ਅਫਸਰ ਨੇ ਸਮੂਹ ਚੋਣਕਾਰ ਰੀਜਿਸਟ੍ਰੇਸ਼ਨ ਅਫਸਰਾਂ ਨੂੰ ਹਦਾਇਤ ਕੀਤਾ ਕਿ ਇਸ ਮਹਿੰਮ ਦੇ ਦੌਰਾਨ ਜਾਂ ਇਸ ਤੋਂ ਬਾਅਦ ਵੀ ਨਮੀਆਂ ਬਣਾਈਆਂ ਕੱਟੀਆਂ ਗਈਆਂ ਤੇ ਤਬਦੀਲ ਕੀਤੀਆਂ ਗਈਆਂ ਵੋਟਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਤੇ ਇਹਨਾਂ ਨੂੰ ਅਨੁਪੂਰਕਾ ਸੂਚੀਆਂ ਦੇ ਤੌਰ ਤੇ ਕਮਿਸ਼ਨ ਦੇ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਦੇ ਅਨੁਸਾਰ ਪ੍ਰਕਾਸ਼ਿਤ ਕਰਵਾਇਆ ਜਾਵੇ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹਟਾ ਘੰਟਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਕੋਲਕਾਤਾ ਡਾਕਟਰਾਂ ਕਤਲ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚ ਡਾਕਟਰਾਂ ਦੀ ਹੜਤਾਲ ਦਿੱਲੀ, ਯੂਪੀ, ਐਮਪੀ, ਮਹਾਰਾਸ਼ਟਰ ਦੇ ਵਿੱਚ ਓਪੀਡੀ ਸਹੂਲਤਾ ਰਹਿਣ ਗਈਆਂ ਬੰਦ। ਤਾਂ ਦੋਸਤੋ ਕੋਲਕਾਤਾ ਦੇ ਵਿੱਚ ਇੱਕ ਟਰੇਨੀ ਮਹਿਲਾ ਡਾਕਟਰ ਦੇ ਨਾਲ ਬਲਾਤਕਾਰ ਅਤੇ ਹੱਤਿਆ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪੰਜਵੀਂ ਮੰਗਲ ਤੋਂ ਲੈ ਕੇ ਦਿੱਲੀ ਤੱਕ ਰਾਜਾਂ ਦੇ ਕਈ ਹਸਪਤਾਲਾਂ ਦੇ ਵਿੱਚ ਅਣਮਿਥੇ ਸਮੇਂ ਦੇ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਦਿੱਲੀ ਦੇ ਬੈਚਾ ਕੇਂਦਰ ਦੇ ਵੱਲੋਂ ਚਲਾਏ ਜਾਣ ਵਾਲੇ ਈਮਜ ਆਰ ਐਮ ਐਲ ਹਸਪਤਾਲ ਅਤੇ ਦਿੱਲੀ ਦੇ ਸਫਦਰ ਜੰਗ ਹਸਪਤਾਲ ਸਮੇਤ ਕਈ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਕੱਲ ਸੋਮਵਾਰ 12 ਅਗਸਤ ਤੋਂ ਅਣਮਿਥੇ ਸਮੇਂ ਦੇ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ ਫੈਡਰੇਸ਼ਨ ਆਫ ਰੈਜ਼ਿਡੈਂਟ ਡਾਕਟਰ ਜੀ ਐਸੋਸੀਏਸ਼ਨ ਦੇ ਅਨੁਸਾਰ ਹਣ ਮਿੱਥੇ ਸਮੇਂ ਦੇ ਹੜਤਾਲ ਦੇ ਦੌਰਾਨ ਐਮਰਜੈਂਸੀ ਸਿਵਾਮਾ ਆਮ ਬੰਗ ਜਾਰੀ ਰਹਿਣੀ ਹੈ ਅੱਜ ਸੀਐਮ ਭਗਵੰਤ ਮਾਨ 417 ਨਵੇਂ ਬੰਨ ਨੂੰ ਸੌਂਪਣਗੇ ਨਿਯੁਗਤੀ ਪੱਤਰ ਤਾਂ ਦੋਸਤੋ ਪੰਜਾਬ ਦੇ ਮੌਕਮੰਤਰੇ ਭਗਵੰਤ ਮਾਨ ਅੱਜ ਵੱਖ-ਵੱਖ ਵਿਭਾਗਾਂ ਦੇ ਨਵੇਂ ਨਿਯੁਗਤ ਮੁਲਾਜ਼ਮਾਂ ਨੂੰ ਨਿਯੁਗਤੀ ਪੱਤਰ ਸੌਂਪਣਗੇ ਨਿਯੁਕਤੀ ਪੱਤਰ ਵੰਡ ਸਮਾਗਮ ਅੱਜ ਚੰਡੀਗੜ੍ਹ ਦੇ ਮਿਊਸਪਲ ਭਵਨ ਵਿਖੇ ਸਵੇਰੇ 11:30 ਵਜੇ ਹੋਵੇਗਾ। ਇਸ ਸਭ ਪ੍ਰੋਗਰਾਮ ਦੇ ਵਿੱਚ 417 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ ਪੰਜਾਬ ਸਰਕਾਰ ਦੇ ਮੁਤਾਬਕ। ਸਰਕਾਰ ਨੇ ਆਪਣੇ 872 ਦਿਨਾਂ ਦੇ ਕਾਰਜਕਾਲ ਦੇ ਵਿੱਚ ਪੰਜਾਬ ਦੇ 44250 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਸ਼ੰਭੂ ਬਾੜਾ ਖਾਲਦਹੀਂ ਦਿੱਲੀ ਨੂੰ ਕਰਾਂਗੇ ਕੂਚਾ ਸੁਪਰੀਮ ਕੋਰਟ ਦੀ ਟਿੱਪਣੀ ਤੇ ਡੱਲੇਵਾਲ ਨੇ ਕਿਹਾ ਟਰੈਕਟਰ ਟਰਾਲੀਆਂ ਕਿਸਾਨਾਂ ਦਾ ਦੂਜਾ ਘਰ ਸੁਪਰੀਮ ਕੋਰਟ ਨੇ ਕਰੀਬਾ 6 ਮਹੀਨਿਆਂ ਤੋਂ ਬੰਦ ਸ਼ੰਭੂ ਬਾੜ ਨੂੰ ਅਣਛਕ ਤੌਰ ਤੇ ਖੋਲਣ ਦਾ ਹੁਕਮ ਦਿੱਤਾ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕਿਸਾਨ ਜੱਟੇ ਬੰਨੀਆਂ ਸਰਗਰਮ ਹੋ ਗੰਨਾਂ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਪਹਿਲਾਂ ਤੋਂ ਹੀ ਚਾਹੁੰਦੇ ਸਨ ਕਿ ਸ਼ੰਭੂ ਸਰਹੱਦ ਖੁੱਲੀ ਜਾਵੇ ਸੜਕ ਬੰਦ ਹੋਣ ਦੇ ਕਾਰਨ ਜਿੱਥੇ ਵਪਾਰੀਆਂ ਤੇ ਟਰਾਂਸਪੋਰਟਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਤੇ ਉੱਥੇ ਆਮ ਲੋਕਾਂ ਨੂੰ ਵੀ ਆਉਣ ਜਾਣ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਡੱਲੇਵਾਲ ਨੇ ਕਿਹਾ ਕਿ ਜੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਸੜਕਾਂ ਖੁੱਲਣ ਤੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਦੇ ਵੱਲ ਮਾਰਚ ਕਰਨਗੇ ਦੱਸਦੇ ਕਿ 13 ਫਰਵਰੀ ਨੂੰ ਕਿਸਾਨ ਦਿੱਲੀ ਦੇ ਵੱਲ ਮਾਰਚ ਕਰਨ ਦੇ ਲਈ ਕਰੋ ਨਿਕਲੇ ਸਨ ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਰੀਕੇਡ ਲਗਾ ਕੇ ਰੋਕ ਦਿੱਤਾ। ਅਡੱਲੇਵਾਲ ਨੇ ਅੱਗੇ ਕਹਿ ਕੇ ਜਥੇਬੰਦਗਾਂ ਦਾ ਟੀਚਾ ਸਪਸ਼ਟ ਹੈ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਟਰੈਕਟਰ ਟਰਾਲੀਆਂ ਨੂੰ ਲੈ ਕੇ ਦਿੱਲੀ ਦੇ ਵੱਲ ਮਾਰਚ ਕਰਨਗੇ ਟਰੈਕਟਰ ਟਰਾਲੀਆਂ। ਕਿਸਾਨਾਂ ਦੇ ਲਈ ਦੂਜਾ ਕਾਰਨ ਜੋ ਕਿ ਉਹਨਾਂ ਨੂੰ ਗਰਮੀ, ਠੰਡ ਅਤੇ ਬਰਸਾਤ ਤੋਂ ਬਚਾਉਂਦਿਆਂ ਤੇ ਇਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਕਿਸਾਨ ਆਪਣਾ ਸਾਰਾ ਜ਼ਰੂਰੀ ਸਮਾਨ ਜਿਵੇਂ ਰਾਸ਼ਨ ਗੱਦੇ ਚਾਦਰਾਂ ਪੱਖੇ ਆਦ ਲੈ ਕੇ ਜਾਂਦੇ ਦੱਲੇਵਾਲ ਨੇ ਕਿਹਾ ਕਿ ਦੋਸ਼ ਲਾਏ ਜਾ ਰਹੇ ਹਨ ਕਿ ਜੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਦੇ ਵੱਲ ਜਾਂਦੇ ਹਨ ਤਾਂ ਕਾਨੂੰਨਾ ਵਿਵਸਥਾ ਵਿਗੜ ਜਾਵੇਗੀ ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਤੇਰਾ ਫਰਵਰੀ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗੈਂਤੜੇ ਵਿੱਚ ਆ ਕਿਸਾਨ ਟਰੈਕਟਰ ਟਰਾਲੀਆਂ ਤੇ ਰਵਾਨਾ ਹੋਏ ਸੰਤ ਰਸਤੇ ਦੇ ਵਿੱਚ ਆ ਕੋਈ ਦਿੱਕਤ ਨਹੀਂ ਆਈ ਅਜਿਹੇ ਵਿੱਚ ਕੇਂਦਰ ਦੀ ਸ਼ਹਿਤ ਤੇ ਹਰਿਆਣਾ ਸਰਕਾਰ ਦੇ ਵੱਲੋਂ ਕੇ ਸਾਨਾ ਦੇ ਬਰਾਦਾਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ 14 ਅਗਸਤ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ ਆ ਤਿੰਨ ਮੁੱਦਿਆਂ ਤੇ ਹੋਵੇਗੀ ਖਾਸ ਚਰਚਾ ਤੁਹਾਨੂੰ ਉਸ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਆ ਬੁਲਾਉਣ ਦਾ ਐਲਾਨ ਕੀਤਾ ਇਹ ਮੀਟਿੰਗ ਆ 14 ਅਗਸਤ ਦਿਨ ਬੁੱਧਵਾਰ ਨੂੰ ਬੁਲਾਈ ਜਾ ਰਹੀ ਹੈ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਦਾ ਇਹ اٹਕਲਾਂ ਲਗਾਈਆਂ ਜਾ ਰੀਆਂ ਹਨ ਕਿ ਮੌਨਸੂਨ ਐਸੈਸ਼ਨ ਜਲਦੀ ਬੁਲਾਇਆ ਜਾ ਸਕਦਾ ਐ ਇਸ ਬੈਠਕ ਦੇ ਵਿੱਚ ਐ ਕੈਬਨਟ ਮੌਨਸੂਨ ਐਸੈਸ਼ਨ ਬੁਲਾਉਣ ਦੇ ਤਰੀਕੇ ਦਾ ਐਲਾਨ ਕਰ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੱਦੇਗੀ ਮੀਟਿੰਗ ਆ 14 ਅਗਸਤ ਨੂੰ ਸਵੇਰੇ ਮੁੱਖ ਮੰਤਰੀ ਨਿਵਾਸ ਤੇ ਬੁਲਾਈ ਗਿਆ ਤੇ ਇਹ ਮੀਟਿੰਗ ਆ ਸਵੇਰੇ 10 ਵਜੇ ਸ਼ੁਰੂ ਹੋ ਬਗੀ ਤੇ ਜਿਹਦੇ ਵਿੱਚ ਕਈ ਪੈਂਡਿੰਗਾਂ ਮੁੱਦਿਆਂ ਤੇ ਵੀ ਚਰਚਾ ਕੀਤੀ ਆ ਵਗੀ ਤੇ ਉਹਨਾਂ ਨੂੰ ਮੌਨਸੂਨ ਐਸੈਸ਼ਨ ਦੇ ਵਿੱਚ ਲਿਆਉਣ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਜਾਣਗੀਆਂ। ਪੰਜਾਬ ਸਰਕਾਰ ਇਸ ਮੀਟਿੰਗ ਦੇ ਵਿੱਚ ਤਿੰਨ ਅਹਿਮ ਮੁੱਦਿਆਂ ਤੇ ਚਰਚਾ ਕਰ ਸਕਦੇ ਆ ਦਰਸਲ ਪੰਜਾਬ ਸਰਕਾਰ ਪੰਜਾਬ ਪੰਚਾਇਤੀ ਰਾਜ ਨਿਯਮ 1991 ਦੇ ਵਿੱਚ ਆ ਬਦਲਾਅ ਕਰਨਾ ਚਾਹੁੰਦੀ ਆ ਤਹਿ ਦੇ ਤਹਿਤ ਕੋਈ ਵੀ ਉਮੀਦਵਾਰ ਬਿਨਾ ਪਾਰਟੀ ਚੂਣ ਨਿਸ਼ਾਨ ਜਾਂ ਸਮਰਥਨ ਦੇ ਪੰਚਾਇਤੀ ਚੋਣਾਂ ਲੜ ਸਕੇਗਾ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸੁਖਨਾ ਝੀਲ ਦੇ ਨੇੜੇ ਈਕੋ ਸੰਵੇਦਨਸ਼ੀਲ ਜੂਨ ਦੇ ਸਬੰਧੇ ਵੀ ਇੱਕ ਹੋਰ ਮੁੱਦਾ ਵਿਚਾਰਿਆ ਜਾ ਸਕਦਾ ਦਰਸਲ ਇਹ ਮਾਮਲਾ ਸਪਰੀਮ ਕੋਰਟ ਦੇ ਮਾਮਲੇ ਚ ਪਹੁੰਚ ਗਿਆ ਤੇ ਸਤੰਬਰ ਮਹੀਨੇ ਦੇ ਵਿੱਚ ਇਸ ਬਾਰੇ ਸੁਣਵਾਈ ਹੋਣੀ ਹੈ। ਤੀਜਾ ਮਾਮਲਾ ਵੈਟਰਨਰੀ ਡਾਕਟਰਾਂ ਦਾ ਹੈ ਕਾਂਗਰਸ ਸਰਕਾਰ ਦੇ ਵੇਲੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਵੈਟਰਨਰੀ ਡਾਕਟਰਾਂ ਸੰਘਰਸ਼ ਕਰ ਰਹੇ ਹੁੰਦੇ ਤੇ ਉਮੀਦ ਹੈ ਕਿ ਇਸ ਬੈਠਕ ਦੇ ਵਿੱਚ ਇਹਨਾਂ ਤਿੰਨਾਂ ਮੁੱਦਿਆਂ ਤੇ ਜ਼ਰੂਰ ਚਰਚਾ ਹੋਵੇਗੀ। ਰੱਖੜੀ ਤੋਂ ਪਹਿਲਾਂ ਸੋਨਾ ਚੰਦ ਦਾ ਡਗਿਆ ਭਾਅ 4500 ਰੁਪਏ ਤੱਕ ਦੀ ਭਾਰੀ ਗ੍ਰੈਵਿਟ। ਯਾਹ ਦੋਸਤੋ ਅੱਜ 24 ਕੈਰਟ ਸੋਨਾ 200 ਰੁਪਏ ਤੇ ਚੰਦ ਦੀ ਕੀਮਤ 4500 ਰੁਪਏ ਡਿੱਗ ਗਈ ਆ ਸੋਨੇ ਤੇ ਚੰਦ ਦੀਆਂ ਕੀਮਤਾਂ ਦੇ ਵਿੱਚ ਆ ਇਹ ਭਾਰੀ ਗਰਾਵਟ ਨਿਵੇਸ਼ਕਾਂ ਦੇ ਨਾਲ-ਨਾਲ ਗਾਹਕਾਂ ਨੂੰ ਵੀ ਆਕਰਸ਼ਿਤ ਕਰ ਰਹੀ ਆ ਸਰਾਫਾ ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਸੋਨੇ ਚੰਦ ਦੀਆਂ ਕੀਮਤਾਂ ਦੇ ਵਿੱਚ ਜਲਦੀ ਵਾਧਾ ਹੋ ਸਕਦਾ ਹੈ ਤੇ ਇਸ ਦੇ ਲਈ ਇਸ ਸਮੇਂ ਸੋਨਾ ਚਾਂਦੀ ਖਰੀਦਣਾ ਚੰਗਾ ਫੈਸਲਾ ਹੋ ਸਕਦਾ ਹੈ ਦਾ ਸੰਯੋਗ ਹੈ ਕਿ ਰક્ષા ਬੰਧਨ ਦਾ ਤਿਹਾਰ 10 ਅਗਸਤ ਨੂੰ ਅਤੇ ਅਜਿਹੇ ਵਿੱਚ ਰਾਜਧਾਨੀ ਪਟਨਾ ਦੇ ਵਿੱਚ ਸੋਨੇ ਚਾਂਦੀ ਦੇ ਨਾਲ ਬਣੀਆਂ ਰਖੜੀਆਂ ਦੀ ਕਾਫੀ ਮੰਗ ਹੈ ਭੈਣ ਭਰਾਵਾਂ ਦੇ ਐਸਾ ਪਵਿੱਤਰ ਤਿਹਾਰ ਤੇ ਸੋਨੇ ਅਤੇ ਚਾਂਦੀ ਦੀਆਂ ਰਖੜੀਆਂ ਭੇਟਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਕਿਸ ਕੀਮਤ ਤੇ ਵੇਚਿਆ ਜਾ ਰਿਹਾ ਸੋਨਾ ਰਾਜਧਾਨੀ ਦੇ ਸਰਾਫਾ ਬਾਜ਼ਾਰ ਦੇ ਵਿੱਚ ਸੋਮਵਾਰ ਕੱਲ੍ਹ 12 ਅਗਸਤ ਨੂੰ 22 ਕੈਰਟ ਸੋਨੇ ਦੀ ਕੀਮਤ 66400 ਰੁਪਏ ਪ੍ਰਤੀ 10 ਗ੍ਰਾਮ ਸੀ ਅਤੇ ਅੱਜ ਦੇ ਨਾਲ ਹੀ ਅੱਜ 24 ਕੈਰਟ ਸੋਨੇ ਦੀ ਕੀਮਤ 69800 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਜਦੋਂ ਕਿ ਉਸ ਤੋਂ ਪਹਿਲਾਂ 24 ਕੈਰਟ ਸੋਨੇ ਦੀ ਕੀਮਤ 70000 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰਟ ਸੋਨੇ ਦੀ ਕੀਮਤ 66400 ਰੁਪਏ ਪ੍ਰਤੀ 10 ਗ੍ਰਾਮ ਤੇ ਚੱਲ ਰਹੀ ਸੀ ਇਸ ਦੇ ਨਾਲ ਹੀ ਅੱਜ 18 ਕੈਰਟ ਸੋਨੇ ਦੀ ਕੀਮਤ 54500 ਰੁਪਏ ਹੈ ਚਾਂਦੀ ਘਟ ਕੀਮਤ ਤੇ ਅਪਲਬਧ ਇਸ ਦੇ ਨਾਲ ਹੀ ਜੇਕਰ ਚਾਂਦੀ ਦੀ ਗੱਲ ਕੀਤੀ ਆਵੇ ਤਾਂ ਕੱਲ ਦੇ ਮੁਕਾਬਲੇ ਅੱਜ ਇਸ ਦੀਆਂ ਕੀਮਤਾਂ ਦੇ ਵਿੱਚ 4500 ਰੁਪਏ ਪ੍ਰਤੀ ਕਿਲੋਗ੍ਰam ਦਾ ਵੱਡਾ ਬਦਲਾਅ ਦਰਜ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਅੱਜ ਵੀ ਚਾਂਦੀ ਦੀ ਕੀਮਤ 76500 ਰੁਪਏ ਪ੍ਰਤੀ ਕਿਲੋਗ੍ਰam ਤੇ ਵੇਕਰੀਆਂ ਜਾ ਰਹੀ ਹੈ ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 81000 ਰੁਪਏ ਪ੍ਰਤੀ ਕਿਲੋਗ੍ਰam ਸੀ 110000 ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀਆਰ ਦੇ ਲਈ ਸੱਦਾ ਤਨ ਉਸ ਟੋਕਨਡਾ ਦੇ ਬਲੈਕਸਪ੍ਰੈਕਸ ਐਂਟਰੀ ਅਧੀਨਾਂ ਪੀਆਰ ਦੇ ਲਈ ਸੱਦੇ ਭੇਜਣ ਦੇ ਰਫਤਾਰ ਤੇਜ਼ ਹੋ ਚੁੱਕਿਆ ਅਤੇ 2022 ਦੇ ਮੁਕਾਬਲੇ 2023 ਦੇ ਵਿੱਚ 2.5 ਗੁਣਾ ਵਾਧਾ ਉਮੀਦਵਾਰਾਂ ਨੂੰ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਅਰਜ਼ੀਆਂ ਦਾਖਲ ਕਰਨ ਦੇ ਲਈ ਸੱਦਾ ਦਿੱਤਾ ਗਿਆ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਆ ਪੁੱਜੀਆਂ 488000 ਤੋਂ ਵੱਧ ਵੀਜ਼ਾ ਅਰਜ਼ੀਆਂ ਦੇ ਵਿੱਚ ਤਕਰੀਬਨ 145000 ਤੱਕ ਆਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਐਕਸਪ੍ਰੈਸ ਐਂਟਰੀ ਦੇ ਅਧੀਨ 2022 ਦੇ ਬੈਚਾਂ 46539 ਪੀਆਰ ਦੇ ਸੱਦੇ ਭੇਜੇ ਗਏ ਤੇ 2023 ਦੇ ਬੈਚਾਂ ਇਹ ਅੰਕੜਾ 136 ਫੀਸਦੀ ਤੱਕ ਵੱਧ ਚੁੱਕਿਆ ਤੇ 110266 ਜਣਿਆਂ ਨੂੰ ਪਰਮਾਨੈਂਟ ਰੈਜ਼ਿਡੈਂਸੀ ਦਾ ਸੱਦਾ ਪੱਤਰ ਭੇਜਿਆ ਗਿਆ ਹੈ ਸਭ ਤੋਂ ਜ਼ਿਆਦਾ ਸੱਦੇ ਕੈਨੇਡਾ ਦੇ ਵਿੱਚ ਮੌਜੂਦਾ ਪ੍ਰਵਾਸੀਆਂ ਨੂੰ ਮਿਲਿਆ ਜਿਨ੍ਹਾਂ ਦੀ ਗਿਣਤੀ 76791 ਦਰਜ ਕੀਤੀ ਗਈ ਐਸ ਹਫ਼ਤੇ 15 ਅਗਸਤ ਤੋਂ ਲੈ ਕੇ 19 ਅਗਸਤ ਤੱਕ ਰੈਣਗੰਗਾ ਛੁੱਟੀਆਂ ਤਾਂ ਉਸ ਤੋਂ ਪੰਜਾਬ ਸਮੇਤ ਪੂਰੇ ਭਾਰਤ ਭਰ ਦੇ ਵਿੱਚ ਆਜ਼ਾਦੀ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਮਹੀਨੇ 15 ਅਗਸਤ ਸਵਤੰਤਰਤਾ ਦਿਵਸ ਦੀ ਤਰੀਕ ਨੇੜੇ ਆ ਰਹੀ ਹੈ ਸਕੂਲਾਂ ਕਾਰਪੋਰੇਟ ਦਫ਼ਤਰਾਂ ਅਤੇ ਸਰਕਾਰੀ ਦਫ਼ਤਰਾਂ ਸਮੇਤ ਹਰ ਤਹਾਂਤੇ ਸਵਤੰਤਰਤਾ ਦਿਵਸ ਦੀ ਰੰਗਾਰੰਗ ਪ੍ਰੋਗਰਾਮ ਅਜੋਜਤ ਕੀਤਾ ਜਾਂਦੇ ਹਨ ਤੇ ਇਸ ਵਾਰ 15 ਅਗਸਤ ਦੀ ਤਰੀਕ ਬਹੁਤ ਆ ਖਾਸ ਕਿਉਂਕਿ ਵੀਕਐਂਡ ਦੇ ਦੌਰਾਨ ਤੁਸੀਂ ਇਕੱਠੇ ਪੰਜ ਛੁੱਟੀਆਂ ਲੈ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਸਿਰਫ ਇੱਕ ਦਿਨ ਦੀ ਛੁੱਟੀ ਲੈਣੀ ਪਵੇਗੀ ਜਿਸ ਤੋਂ ਬਾਅਦ ਤੁਸੀਂ ਕਿਤੇ ਵੀ ਘੁੰਮ ਸਕਦੇ ਦਰਸਲ ਇਸ ਵਾਰ 15 ਅਗਸਤ ਬੀਰਵਾਰ ਨੂੰ ਆ ਰਿਹਾ ਤੇ ਜਿਆਦਾ ਛੁੱਟੀਆਂ ਹੋ ਗਈ ਤੇ ਕਈ ਸਕੂਲਾਂ ਨੇ ਬੈਚ 16 ਤਰੀਕ ਨੂੰ ਛੁੱਟਿਆ ਪਰ ਦਫ਼ਤਰ ਜਾਣ ਵਾਲਿਆਂ ਦੇ ਲਈ ਨਹੀਂ ਇਸ ਤੋਂ ਬਾਅਦ ਸ਼ਨੀਵਾਰ 17 ਅਤੇ ਐਤਵਾਰ 18 ਨੂੰ ਵੀਕਐਂਡ ਦੀ ਛੁੱਟੀ ਰਹੇਗੀ ਇਸੇ ਤਰ੍ਹਾਂ 19 ਤਰੀਕ ਨੂੰ ਰਖੜੀ ਦੀ ਛੁੱਟੀ ਹੋਵੇਗੀ ਤੇ ਐਸਾ ਦਰਾਨ ਜੇਕਰ ਤੁਸੀਂ 16 ਅਗਸਤ ਯਾਨੀ ਕਿ ਸ਼ੁੱਕਰਵਾਰ ਨੂੰ ਛੁੱਟੀ ਲੈਂਦੇ ਹੋ ਤਾਂ ਤੁਹਾਡਾ 5 ਦਿਨਾਂ ਦਾ ਵੀਕਐਂਡ ਆ ਪਲਾਨ ਸੱਟ ਕੀਤਾ ਜਾ ਸਕਦਾ ਸਕੂਲਾਂ ਕਾਲਜਾਂ ਦੇ ਵਿੱਚ ਇਹ ਛੁੱਟੀਆਂ ਲਾਗੂ ਹਨ ਜਾਂਦ ਕੇ ਹਾਲਾਂਕਿ ਕਈ ਥਾਵਾਂ ਤੇ ਰਖੜੀ ਦੀ ਛੁੱਟੀ ਨਹੀਂ ਦਿੱਤੀ ਗਈ ਤੇ ਕਈ ਸਕੂਲਾਂ ਦੇ ਵਿੱਚ 15 ਅਗਸਤ ਨੂੰ ਹੋਣ ਵਾਲੇ ਸਮਾਗਮਾਂ ਦੇ ਕਾਰਨ ਛੋਟ ਨਹੀਂ ਦਿੱਤੀ ਗਈ ਅਗਲੀ ਖਬਰ ਰਿਮਾਂਡਾ ਖਤਮ ਹੋਣ ਮਗਰੋਂ ਸਾਬਕਾ ਮੰਤਰੀ ਆਸ਼ੂ ਦੇ ਪੇਸ਼ੀ ਅਦਾਲਤ ਨੇ ਭੇਜਿਆ ਜੇਲ੍ਹਾਂ ਦੇ ਦੇਖਣ ਨੂੰ ਭੇਜੇ ਸਮਨ ਜਾਣੋ ਜਾਂਚ ਦੇ ਵਿੱਚ ਕੀ ਹੋਏ ਖੁਲਾਸੇ ਤੁਹਾਨੂੰ ਉਸ ਤੋਂ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ ਇਹੜੀ ਅਦਕਾਰੀਆਂ ਨੇ ਸਖਤ ਸੁਰੱਖਿਆ ਦੇ ਵਿੱਚ ਕਾਰ ਜਲੰਧਰ ਦੇ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਦੋਵਾਂ ਪਤਰਾਂ ਨੂੰ ਸੁਣਨ ਤੋਂ ਬਾਅਦ ਅੱਜ ਆਸ਼ੂ ਨੂੰ 14 ਦਿਨਾਂ ਦੇ ਨਾਇਕ ਹਰਾਸਤ ਵਿੱਚ ਭੇਜ ਦਿੱਤਾ ਹਲੰਕੇ ਕਿਹਾ ਜਾ ਰਿਹਾ ਸੀ ਕਿ ਇਹੜੀ ਅਦਾਲਤ ਵਿੱਚ ਸਬੂਤਾਂ ਪੇਸ਼ ਕਰਕੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰ ਸਕਦੇ ਸੀ ਪਰ ਸਨਬਾਈ ਤੋਂ ਬਾਅਦ ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਤੇ ਨਿਆਇਕ ਹਰਾਸਤ ਦਾ ਫੈਸਲਾ ਸੁਣਾ ਦਿੱਤਾ ਈੜੀ ਅਧਿਕਾਰੀਆਂ ਨੇ ਆਸ਼ੂ ਨੂੰ ਪਿਛਲੇ 10 ਦਿਨਾਂ ਦੇ ਰਿਮਾਂਡ ਤੇ ਲੈ ਆ ਆਸ਼ੂ ਤੋਂ ਪਿਛਲੇ 10 ਦਿਨਾਂ ਤੋਂ ਲਗਾਤਾਰ ਪੁੱਛਗਿਆ ਚਕ ਕੀਤੀ ਜਾ ਰਹੀਆ ਆਸ਼ੂ ਨੂੰ ਈੜੀ ਨੇ 1 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ ਸੂਤਰਾਂ ਦੇ ਮੁਤਾਬਕ ਪਤਾ ਲੱਗਾ ਕਿ ਈੜੀ ਨੇ ਕਰੀਬਾ 5 ਲੋਕਾਂ ਨੂੰ ਸਨਮਾਨਕ ਜਾਰੀ ਕੀਤਾ ਜੋ ਕਿ ਆਸ਼ੂ ਦੇ ਬੇਹਦ ਕਰੀਬੀ ਹਨ ਇਹਨਾਂ ਵਿੱਚੋਂ ਕਾਝ ਲੋਕ ਆਜੇ ਹੀ ਬਿਹਾਨਾ ਜਿਨ੍ਹਾਂ ਦੀ ਵਿਜੀਲੈਂਸ ਨੇ ਟਰਾਂਸਪੋਰਟਰ ਟੈਂਡਰੋਕਟਾ ਲੇ ਲੈ ਬੈਚਸ ਮੁਲੀਅਤਾ ਪਾਈ ਸੀ ਹੋਣ ਵਾਲੇ ਦਿਨਾਂ ਦੇ ਵਿੱਚ ਚੈੱਕ ਲਿਸਟ ਦੇ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਇੱਥੋਂ ਤੱਕ ਕਿ ਆਸ਼ੂ ਦੇ ਨਿਡਲੇ ਕਈ ਲੋਕਾਂ ਨੇ ਕਈ ਲੋਕਾਂ ਦੇ ਵਿੱਤੀ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀ ਕਈ ਨਿਵੇਸ਼ਕਾਂ ਅਤੇ ਫਾਈਨੈਂਸਰਾਂ ਤੋਂ ਵੀ ਪੁੱਛਗੈਛ ਕਰਨ ਦੀ ਤਿਆਰੀ ਕਰ ਰਹੇ ਹਨ